ਸਾਡੇ ਬਹੁਤ ਹੀ ਸਤਿਕਾਰਯੋਗ ਬਰਮੇਲ ਰਾਮ ਪੁੱਤਰ ਪ੍ਰਕਾਸ਼ ਰਾਮ ਸਵੇਰੇ ਅਵਾਰਾ ਪਸ਼ੂਆਂ ਦੀ ਲਪੇਟ ਦੇ ਵਿੱਚ ਆਉਣ ਕਰਕੇ ਸਦਾ ਦੀਦੀ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਦੋ ਮੁੰਡੇ ਅਤੇ ਦੋ ਕੁੜੀਆਂ ਛੱਡ ਕੇ ਚਲੇ ਗਏ ਹਨ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੇਲ ਰਾਮ ਪੁੱਤਰ ਪ੍ਰਕਾਸ਼ ਰਾਮ ਸਵੇਰੇ ਅਵਾਰਾ ਪਸ਼ੂਆਂ ਦੀ ਲਪੇਟ ਦੇ ਵਿੱਚ ਆਉਣ ਕਰਕੇ ਸਦਾ ਦੀਦੀ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਦੋ ਮੁੰਡੇ ਅਤੇ ਦੋ ਕੁੜੀਆਂ ਛੱਡ ਕੇ ਚਲੇ ਗਏ ਹਨ, ਜੋ ਕਿ ਇੱਕ ਬਹੁਤ ਹੀ ਵਧੀਆ ਪਰਿਵਾਰ ਸੀ। ਗੁਰਮੇਲ ਰਾਮ ਇੱਕ ਫੋਟੋਗ੍ਰਾਫੀ ਦਾ ਕੰਮ ਕਰਦੇ ਸਨ। ਉਹਨਾਂ ਦੀ ਬਦੌਲਤ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ, ਜੋ ਕਿ ਹੁਣ ਨਹੀਂ ਰਹੇ। ਮੈਂ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਦਾ ਹਾਂ ਕਿ ਜਦੋਂ ਕਿ ਸਾਡੇ ਕੋਲੋਂ ਗਊ ਸੈੱਸ ਲਿਆ ਜਾਂਦਾ ਹੈ ਤਾਂ ਅਵਾਰਾ ਪਸ਼ੂਆਂ ਨੂੰ ਸੰਭਾਲ ਕੇ ਕਿਉਂ ਨਹੀਂ ਰੱਖਿਆ ਜਾਂਦਾ? ਸਾਡੇ ਇਸ ਤੋਂ ਪਹਿਲਾਂ ਦੋ ਤਿੰਨ ਵਾਰੀ ਵੀ ਕਾਂਡ ਹੋ ਚੁੱਕੇ ਹਨ। ਇੱਕ ਸਾਡਾ ਛੋਟਾ ਵੀਰ ਨਿਰਮਲ ਸਿੰਘ, ਉਹ ਵੀ ਡੰਗਰਾਂ ਦੀ ਲਪੇਟ ਦੇ ਵਿੱਚ ਆਉਣ ਕਰਕੇ ਇੱਕ ਮਹੀਨਾ PGI ਦਾਖਲ ਰਿਹਾ। ਕਿਸੇ ਨੇ ਉਹਦੀ ਸਾਰ ਨਾ ਲਈ ਅਤੇ ਉਹਦੇ ਘਰ ਦਾ ਸਰਕਲ ਸਾਰਾ ਹੀ ਹਿੱਲ ਗਿਆ, ਜੋ ਹਾਲੇ ਤੱਕ ਠੀਕ ਨਹੀਂ ਹੋਇਆ। ਅਸੀਂ ਤਾਂ ਹੁਣ ਵੀ ਇਹੀ ਅਪੀਲ ਕਰਦੇ ਹਾਂ ਵੀ ਤੁਸੀਂ ਹੁਣ ਮੌਕਾ ਵੀ ਦੇਖ ਸਕਦੇ ਹੋ, ਹੁਣ ਵੀ ਘੱਟ ਤੋਂ ਘੱਟ 5-7 ਪਸ਼ੂ ਮੁਹੱਲੇ ਦੇ ਵਿੱਚ ਅਵਾਰਾ ਫਿਰ ਰਹੇ ਨੇ, ਜੋ ਕਿ ਕਿਸੇ ਵੇਲੇ ਵੀ ਕਿਸੇ ਦੀ ਵੀ ਜਾਨ ਨੂੰ ਨੁਕਸਾਨ ਹੋ ਸਕਦਾ ਹੈ। ਰਾਤੀ ਤਕਰੀਬਨ 2:30 ਵਜੇ ਬਾਹਰ ਪਿਸ਼ਾਬ ਘਰ ਨਿਕਲੇ ਸੀ ਅਤੇ ਬਾਹਰ ਰੌਲਾ ਪਿਆ। ਇੱਕ ਵਾਰ ਅਸੀਂ ਬਾਹਰ ਆਏ ਤਾਂ ਦੇਖਿਆ ਸੜਕ ਲੰਬੇ ਪਏ ਸੀ ਅਤੇ ਸਾਣ ਆਲੇ ਦੁਆਲੇ ਘੁੰਮ ਰਹੇ ਸੀ। ਇਹਦੇ ਜਨਮ ਭਜਾਏ ਸਾਣ ਅਤੇ ਫਿਰ ਚੱਕ ਕੇ ਇਹਨੂੰ ਹਸਪਤਾਲ ਲੈ ਗਏ ਅਤੇ ਉਸ ਤੋਂ ਬਾਅਦ ਦੇਖਿਆ ਡਾਕਟਰ ਨੇ ਕਹਿੰਦਾ ਵੀ ਡੈਥ ਹੋ ਗਏ। ਇਸ ਕਰਕੇ ਬਹੁਤ ਹੀ ਦੁਖਦਾਈ ਘਟਨਾ ਹੈ ਜੋ ਇਹ ਵਾਪਰੀ ਹੈਗੀ ਹੈ। ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਇਲਾਕਾ ਨਿਵਾਸੀ ਆਪਣੇ ਜਿੰਨੇ ਵੀ ਸੰਸਥਾਵਾਂ ਹੈਗੀਆਂ ਨੇ ਸਾਡੇ ਨਾਲ ਜੁੜਨ, ਤਾਂ ਕਿ ਅਸੀਂ ਜਿਹੜੀ ਸਰਕਾਰੀ ਗਊਸ਼ਾਲਾ ਹੈਗੀ ਹੈ ਉਹਨੂੰ ਹੋਰ ਵਧਾ ਸਕੀਏ। ਬਟ ਇਹ ਇਕੱਲਾ ਮੇਰੇ ਲਈ ਪੋਸੀਬਲ ਨਹੀਂ ਹੈਗਾ। ਮੈਂ ਲੋਕਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਇਸ ਮੈਨਸ ਨੂੰ ਖਤਮ ਕਰਨ ਵਾਸਤੇ ਅੱਗੇ ਆਉਣ ਅਤੇ ਸਾਡੇ ਨਾਲ ਜੁੜਨ। ਆਈ ਐਮ ਰੈਡੀ ਕਿ ਇੱਕ ਮੀਟਿੰਗ ਵੀ ਕਰੀਏ ਵੀ ਹੋਰ ਵਿਚਾਰ ਵਟਾਂਦਰਾ ਕਰ ਸਕੀਏ ਵੀ ਕਿਸ ਤਰ੍ਹਾਂ ਆਪਾਂ ਆਪਣੇ ਇਲਾਕੇ 'ਚ ਘੱਟੋ ਘੱਟ ਇਹ ਜਿਹੜੀ ਮੈਨਸ ਹੈ ਖਤਮ ਕਰ ਸਕੀਏ। ਮਹੀਨੇ ਡੇਢ ਕੁ ਮਹੀਨੇ ਦੀ ਗੱਲ ਆਈ, ਮੈਨੂੰ ਵੀ ਅਵਾਰਾ ਪਸ਼ੂਆਂ ਨੇ ਮਾਰਿਆ ਸੀ ਅਤੇ ਮੈਂ 32 ਦੇ ਵਿੱਚ ਅਤੇ 1 ਮਹੀਨਾ ਐਡਮਿਟ ਰਿਹਾ ਜੀ। ਮੇਰੀ ਕਿਸੇ ਨੇ ਸਾਰ ਨਹੀਂ ਲਈ ਜੀ। ਗੌਰਮੈਂਟ ਨੂੰ ਅਸੀਂ ਤਾਂ ਇਹੀ ਅਪੀਲ ਕਰ ਰਹੇ ਵੀ ਇਹਨਾਂ ਅਵਾਰਾ ਡੰਗਰਾਂ 'ਤੇ ਨੱਥ ਪਾਈ ਜਾਵੇ ਅਤੇ ਸਾਡੇ ਤੋਂ ਟੈਕਸ ਵੀ ਲੈਂਦੇ ਨੇ, ਸਾਡੇ ਤੋਂ ਸਭ ਕੁਛ ਲੈਂਦੇ ਨੇ ਅਤੇ ਅਸੀਂ ਹੱਥ ਬੰਨ ਕੇ ਬੇਨਤੀ ਕਰ ਰਹੇ ਪ੍ਰਸ਼ਾਸਨ ਮੂਹਰੇ ਵੀ ਇਹਨਾਂ 'ਤੇ ਨੱਥ ਪਾਈ ਜਾਵੇ ਜੀ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ